ਗੁਰਲਾਨ ਭਾਰਤੀ ਵਾਲਮੀਕਿ ਆਦੀ ਧਰਮ ਸਮਾਜ ਤੋਂ ਪੰਜਾਬ ਪ੍ਰਭਾਰੀ ਕੀ ਮਾਮਲਾ ਸਰ ਜੀ ਸਾਡੇ ਰੋਕੀ ਜੀ ਜੈਕਟਿੰਗ ਮੈਂਬਰ ਨੇ ਭਾਰਤੀ ਵਾਲਮੀਕਿ ਆਦੀ ਧਰਮ ਸਮਾਜ ਤੋਂ ਇਹਨਾਂ ਦੀ ਬਰਦੇ ਦੀ ਡੈਥ ਹੋ ਗਈ ਸੀ ਔਰ ਉਹਦੀ ਮਿਸਿਜ ਨੇ ਆਪਣੀ ਮਰਜ਼ੀ ਦੇ ਨਾਲ ਆਪਣੀ ਗਲੀ ਦੇ ਵਿੱਚ ਕਿਸੇ ਨਾਲ ਵਿਆਹ ਕਰਾ ਲਿਆ ਅਤੇ ਉਹਦੇ ਦੋ ਉਸ ਬੱਚੇ ਨੇ ਉਹਨਾਂ ਦੇ ਜੋ ਕਿ ਆਪਣੀ ਇੱਕ ਐਫੀਡੇਵਿਟ ਦੇ ਕੇ ਗਈ ਆ ਜਿਹੜਾ ਤੁਹਾਨੂੰ ਐਫੀਡੇਵਿਟ ਦੇ ਰਹੇ ਆ ਕਿ ਸਾਂਭ ਸੰਭਾਲ ਜਿਹੜੀ ਉਹ ਦਾਦੀ ਦਾਦੀ ਦੇ ਹੈਂਡਓਵਰ ਕਰ ਗਈ ਆ ਉਸ ਦੇ ਦਰਮਿਆਨ ਉਹਦਾ ਜਿਹਦੇ ਉਸ ਨਾਲ ਸ਼ਾਦੀ ਕੀਤੀ ਆ ਉਹ ਲੜਕਾ ਇਹਨਾਂ ਦੀ ਗਲੀ ਦੇ ਵਿੱਚ ਆ ਕੇ ਇਸ ਛੋਟੇ ਜਿਹੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਦੋਂ ਖਿੱਚਿਆ ਤੇ ਮੁੱਲੇ ਵਾਲਿਆਂ ਨੇ ਸਾਰੇ ਕੱਟਿਆ ਔਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨੂੰ ਅਰੈਸਟ ਕਰਾਇਆ ਗਿਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨੂੰ ਅਰੈਸਟ ਕਰਕੇ ਥਾਣੇ ਪਕੜਾਇਆ ਗਿਆ ਕੀ ਵਜ੍ਹਾ ਕੀ ਹੈ ਵੀ ਬੱਚਾ ਕਿਡਨੈਪ ਕਿਉਂ ਕੀਤਾ ਉਹ ਇਸ ਕਰਕੇ ਕਿ ਪਹਿਲੇ ਮਾਂ ਆਪਣਾ ਐਫੀਡੇਵਿਟ ਦੇ ਕੇ ਗਈ ਆ ਕਿ ਮੈਂ ਆਪਣੇ ਜਿਹੜੇ ਬੱਚੇ ਆ ਦਾਦਾ ਔਰ ਦਾਦੀ ਦੇ ਹੈਂਡਓਵਰ ਕਰਕੇ ਜਾ ਰਹੀ ਹਾਂ ਮੈਂ ਇਹਨਾਂ ਨੂੰ ਸੰਭਾਲ ਨਹੀਂ ਪਾਉਂਗੀ ਇਸ ਕਰਕੇ ਉਹ ਜਰਾ ਕਿ ਵੀ ਕਿਡਨੈਪ ਕਰ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਕਿਉਂ ਕਿਡਨੈਪ ਕਰਨਾ ਚਾਹੁੰਦੀ ਆ ਹੁਣ ਪੁਲਿਸ ਵਾਲਾ ਕੀ ਕਰ ਰਿਹਾ ਉਸ ਤੋਂ ਅਸੀਂ ਮੰਗ ਕਰਦੇ ਆ ਕਿ ਜਿਨ੍ਹਾਂ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਜਿਹੜੇ ਦੇ ਵਿੱਚ ਜਾਲਸਾਜ਼ੀ ਦੇ ਵਿੱਚ ਸਾਰੇ ਜਿਹੜੇ ਇਨਵੋਲਵ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਕੀਤੀ ਜਾਵੇ ਔਰ ਮੈਂ ਇੱਕ ਬੇਨਤੀ ਜ਼ਰੂਰ ਹੋਰ ਕਰਾਂਗਾ ਕਿ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਪਏ ਨੇ ਵਾਲਮੀਕਨ ਸਮਾਜ ਨੂੰ ਸਾਰੇ ਵਾਲਮੀਕਨ ਸਮਾਜ ਨੂੰ ਗੁੰਮਰਾਹ ਕਰ ਰਹੇ ਨੇ ਕਿ ਜਾਤੀ ਕੋਈ ਵੀ ਹੋਵੇ ਪਰ ਲੇਕਿਨ ਉਹ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਕਰਨ ਨੇ ਕਿਹਾ ਵੀ ਇਹ ਦਲਿਤ ਸਮਾਜ ਦਾ ਨੌਜਵਾਨ ਹੈ ਪਰ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਕੋਈ ਦਲਿਤ ਸਮਾਜ ਦਾ ਨੌਜਵਾਨ ਨਹੀਂ ਹੈ ਤੇ ਮੈਂ ਸਾਰੇ ਸਮਾਜ ਨੂੰ ਇਹ ਦੱਸਣਾ ਚਾਹੁੰਦਾ ਐਸੇ ਗੁੰਮਰਾਹ ਤੋਂ ਬਚਣਾ ਹੈ ਔਰ ਕਿਡਨੈਪਰਾਂ ਦੀ ਅਸੀਂ ਮਦਦ ਥੋੜੀ ਕਰਨੀ ਹੈ ਉਹਨਾਂ ਦੇ ਤੇ ਆਪਾਂ ਪਰਚੇ ਕਰਾਣੇ ਆ ਜੇ ਨਹੀਂ ਇਨਸਾਫ ਮਿਲਦਾ ਪਰਿਵਾਰ ਜੇ ਨਾ ਇਨਸਾਫ ਸਾਨੂੰ ਮਿਲਿਆ ਤਾਂ ਭਾਰਤੀ ਵਾਲਮੀਕਿ ਆਦੀ ਧਰਮ ਸਮਾਜ ਰਜਿਸਟਰਡ ਪਾਰਤ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰੇਗੀ ਔਰ ਸੜਕਾਂ ਜਾਮ ਕਰੇਗੀ ਜੀ ਮਾਮਲਾ ਇਦਾਂ ਜੀ ਇਹਨਾਂ ਦਾ ਮੈਨੂੰ ਫੋਨ ਗਿਆ ਗਿਆ ਸੀ ਤੇ ਕਹਿੰਦੇ ਜੀ ਕੋਈ ਬੱਚਾ ਚੁੱਕਣ ਪੈ ਗਿਆ ਸਾਡੇ ਘਰ ਤੇ ਮੈਂ ਉਸੇ ਵੇਲੇ ਥਾਣੇ ਫੋਨ ਕੀਤਾ ਵਾ ਥਾਣੇ ਪੁਲਿਸ ਆਈ ਆ ਕਿਤੇ ਮੁੰਡਾ ਫੜਿਆ ਸੀ ਇਹਨਾਂ ਜਿਹੜਾ ਬੱਚਾ ਚੁੱਕਣ ਪਿਆ ਸੀ ਉਹਨੂੰ ਅਸੀਂ ਪੁਲਿਸ ਦੇ ਹਵਾਲੇ ਕਰਤਾ ਵਾ ਬਾਅਦ 'ਚ ਪਤਾ ਨਹੀਂ ਕੀ ਹੋਇਆ ਉਹ ਜੀ ਕਹਿਣ ਲੱਗੇ ਜੀ ਉਹਨੂੰ ਸੱਟ ਜ਼ਿਆਦਾ ਲੱਗੀ ਜੀ ਕੋਈ ਉਹਨੂੰ ਸੱਟ ਨਹੀਂ ਲੱਗੀ ਮਾੜਾ ਜੀ ਝਰੀਟ ਆਈ ਉਹਦੀ ਸਿਰ 'ਤੇ ਉਹ ਇੱਕ ਦਿਨ ਬਾਅਦ ਉਹਨੂੰ ਇੱਥੇ ਪਿੰਡ 'ਚ ਵੀ ਵੇਖਿਆ ਗਿਆ ਫਿਰਦੇ ਨੂੰ ਪਿੰਡ 'ਚ ਵੇਖਿਆ ਗਿਆ ਉਹ ਤੋਂ ਬਾਅਦ ਦੂਜੇ ਤੀਜੇ ਦਿਨ ਜੀ ਉਹਨੂੰ ਕਹਿਤਾ ਜੀ ਫਿਰ ਦਾਖਲ ਸੀਰੀਅਸ ਜੀ ਉਹਨੂੰ ਦਾਖਲ ਕਰਾਤਾ ਜੀ ਨੂੰ ਚੰਡੀਗੜ੍ਹ ਰੈਫਰ ਕਰਤਾ ਇਹ ਸਿਰਫ ਇੱਕ ਤਕਵਾਂਜ ਛਿੜਿਆ ਗਿਆ ਵਾ ਵੀ ਉੱਥੇ ਪਰਚਾ ਨਾ ਹੋਵੇ ਕਿਉਂਕਿ ਉਹਨੇ ਬੱਚਾ ਗਵਾਹ ਕਰ ਲਗਾਈ ਉਹਦੇ ਬੱਚਾ ਗਵਾਹ ਦਾ ਪਰਚਾ ਹੋਣਾ ਵਾ ਉਹ ਤੋਂ ਬਚਣ ਲਈ ਉਹ ਸਾਰਾ ਟਕਵਾਂਜ ਕਰ ਲਏ ਇਹ ਪਰਿਵਾਰ ਜਿਹੜਾ ਦੱਸ ਰਿਹਾ ਜੀ ਮੈਰਿਜ ਕਰਵਾਈ ਸੀ ਜੀ ਇਹਨਾਂ ਕਿਹਾ ਜੀ ਜੇ ਤੂੰ ਮੈਰਿਜ ਕਰਵਾਉਣੀ ਹੈ ਤੇ ਬੱਚੇ ਬੱਚਿਆਂ ਦਾ ਕੀ ਕਰਨਾ ਉਹ ਕਹਿੰਦੇ ਜੀ ਬੱਚੇ ਨਹੀਂ ਮੈਨੂੰ ਚਾਹੀਦੇ ਉਹਨੇ ਜਾ ਕੇ ਸੁਵਿਧਾ ਕੇਂਦਰ ਤੇ ਰਜਿਸਟਰ ਦਿੱਤਾ ਵਾ ਐਫੀਡੇਵਿਟ ਵੀ ਮੈਨੂੰ ਬੱਚੇ ਨਾ ਮੈਂ ਕਿਸੇ ਜਾਇਦਾਦ ਦੇ ਨਾਮ ਨੂੰ ਬੱਚਿਆਂ ਦੀ ਲੋੜ ਆ ਮੈਂ ਇਹਦੇ ਨਾਲ ਰਹਿਣਾ ਚਾਹੁੰਦੀ ਹਾਂ ਤੇ ਜੇ ਉਹਦੇ ਨਾਲ ਰਹਿਣਾ ਚਾਹੁੰਦੇ ਫਿਰ ਉਹ ਮੁੰਡਾ ਬੱਚੇ ਨੂੰ ਚੁੱਕਣ ਕਿਉਂ ਪਿਆ ਪਹਿਲੀ ਤੇ ਗੱਲ ਇਹ ਆ ਦੂਜੀ ਗੱਲ ਇਹ ਆ ਵੀ ਜੇ ਬੱਚਾ ਚੁੱਕਣ ਕਿਸੇ ਦੇ ਘਰ ਕੋਈ ਪਊਗਾ ਤਾਂ ਉਹ ਘੱਟ ਥੋੜੀ ਕਰਨਗੇ ਜਿਹਦਾ ਬੱਚਾ ਜਾਊਗਾ ਤਾਂ ਉਹ ਘੱਟ ਥੋੜੀ ਕਰੂਗਾ ਇਸ ਕਰਕੇ ਉਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਮੈਂ ਵਾਸੀ ਮਧੂਪੁਰਾ ਕੀ ਮਾਮਲਾ ਸਰ ਮਾਮਲਾ ਸਰ ਇਹ ਆ ਵੀ ਮੇਰੇ ਬ੍ਰਦਰ ਦਾ ਜਦੋਂ ਮੇਰੇ ਬ੍ਰਦਰ ਦੀ ਵਾਈਫ ਜਿਹੜੀ ਘਰ ਦੀ ਆ ਉਹਦਾ ਜਦੋਂ 5 ਸਾਲ ਪਹਿਲਾਂ ਮੇਰੇ ਬ੍ਰਦਰ ਨਾਲ ਵਿਆਹ ਹੋਇਆ ਜੀ ਉਹਦੀ ਡੈਥ ਹੋ ਚੁੱਕੀ ਹੈ ਹੁਣ ਉਹ ਸਾਡੇ ਕੋਲ ਹੀ ਰਹਿ ਰਹੇ ਸੀ ਦੋ ਬੱਚੇ ਉਹਨਾਂ ਦੇ ਅਤੇ ਉਹਨੇ ਥੋੜ੍ਹੇ ਕੁ ਮਹੀਨਾ ਦੋ ਮਹੀਨੇ ਹੋ ਗਿਆ ਲਾਗੇ ਕਿਸੇ ਲੜਕੇ ਨਾਲ ਫੇਰ ਚੱਲ ਰਿਹਾ ਸੀ ਬ੍ਰਦਰ ਦਾ ਨਾਂ ਭਗਵੰਤ ਸਿੰਘ ਆ ਭਾਬੀ ਦਾ ਨਾਂ ਅਮਨਦੀਪ ਕੌਰ ਆ ਜੀ ਹੁਣ ਉਹਦਾ ਫੇਰ ਚੱਲ ਰਿਹਾ ਲਾਗੇ ਲੜਕੇ ਨਾਲ ਰਜਿੰਦਰ ਕੁਮਾਰ ਔਰ ਸ਼ੰਕਰ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਸਾਡੇ ਕੋਲ ਆ ਵੇਖੋ ਐਫੀਡੇਵਿਟ ਜੀ ਅਸੀਂ ਲਿਖਤ ਦੇ ਦਿੱਤੀ ਆ ਤੁਹਾਨੂੰ ਕਾਪੀ ਇਹਦੇ ਵਿੱਚ ਉਹਨੇ ਖੁਦ ਲਿਖਿਆ ਵੀ ਮੈਂ ਬੱਚੇ ਤੁਹਾਡੇ ਸਬੂਤ ਕਰਕੇ ਜਾ ਰਹੀ ਹਾਂ ਮੈਂ ਬੱਚੇ ਨਹੀਂ ਰੱਖਣੇ ਤੁਹਾਨੂੰ ਦੇ ਕੇ ਜਾ ਰਹੀ ਹਾਂ ਬੱਚੇ ਦੋ ਨੇ ਬੇਟੀ ਦਾ ਨਾਮ ਆ ਗੁਰਸਿਮਰਨਜੀਤ ਸਿੰਘ ਬੇਟੀ ਦਾ ਨਾਮ ਇਸਮਾਈਲਪ੍ਰੀਤ ਕੌਰ ਅਤੇ ਅਸੀਂ ਬੱਚੇ ਹੁਣ ਪਾਲ ਰਹੇ ਹਾਂ ਅਤੇ ਆ ਥੋੜ੍ਹੇ ਦਿਨ ਹੋਏ ਆ ਉਹ ਲੜਕਾ ਜਿਹਦੇ ਨਾਲ ਉਹਨੇ ਸ਼ਾਦੀ ਕੀਤੀ ਹੈ ਜਾਂ ਕਰ ਲਈ ਹੈ ਜਾਂ ਕਰਨੀ ਹੈ ਉਹ ਸਾਡੇ ਘਰ ਇੱਥੇ ਆ ਬੱਚੇ ਨੂੰ ਚੁੱਕਣ ਪੈ ਗਿਆ ਸਾਡੇ ਨੂੰ ਬੱਚੇ ਨੇ ਜਦੋਂ ਰੌਲਾ ਪਾਇਆ ਗਲੀ ਮੁਹੱਲਾ ਵੀ ਇਕੱਠਾ ਹੋ ਗਿਆ ਅਤੇ ਅਸੀਂ ਉਹਨੂੰ ਫੜ ਲਿਆਂਦਾ ਫੜ ਕੇ ਅਸੀਂ ਉਹਨੂੰ ਪੁਲਿਸ ਹਵਾਲੇ ਕਰਤਾ ਅਤੇ ਅਸੀਂ ਬਣਦੀ ਕਾਰਵਾਈ ਚਾਹੁੰਦੇ ਵੀ ਜੋ ਵੀ ਬਣਦੀ ਕਾਰਵਾਈ ਉਹਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਬੱਚੇ ਨੂੰ ਉਹਦੇ 'ਤੇ ਜੋ ਵੀ ਧਾਰਾ ਲੱਗਦੀ ਹੈ ਲਾ ਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਕੀ ਵਜ੍ਹਾ ਕੀ ਹੈ ਬੱਚੇ ਨੂੰ ਬੱਚੇ ਨੂੰ ਸਾਰੇ ਇਹ ਹੀ ਆ ਪਹਿਲਾਂ ਬੱਚੇ ਛੱਡ ਗਈ ਆ ਹੁਣ ਕੋਈ ਉਹ ਚਾਹੁੰਦੀ ਵੀ ਬੱਚੇ ਮੇਰੇ ਵਾਸ 'ਚ ਹੋਣ ਤੇ ਜਾਂ ਹੋ ਸਕਦਾ ਕੋਈ ਮੈਂ ਮਾਮਲਾ ਪਾਵਾਂ ਨਾ ਤੇ ਜਾਇਦਾਦ ਦਾ ਜਾਂ ਕਿਸੇ ਤਰ੍ਹਾਂ ਦਾ ਤਾਂ ਬੱਚੇ ਸ਼ਾਇਦ ਕਰਨਾ ਚਾਹੁੰਦੀ ਹੈ ਤੇ ਜਾਂ ਫਿਰ ਬੱਚੇ ਨੂੰ ਮਾਰਨਾ ਚਾਹੁੰਦੀ ਸਾਰਾ ਕੁਝ ਬੱਚਾ ਜਾਣਦਾ ਵਾ ਉਹਦੀ ਹੱਥੀ ਸਭ ਕੁਝ ਭੇਜਦੀ ਰਹੀ ਹੈ ਛੋਟੇ ਦੇ ਬੱਚੇ ਦੇ ਰਾਈ ਉਧਰ ਮੁੰਡੇ ਦੇ ਘਰ ਜੋ ਵੀ ਚੀਜ਼ਾਂ ਬੱਚੇ ਨੇ ਸਾਰੀ ਸਾਨੂੰ ਸਟੋਰੀ ਦੱਸੀ ਹੈ ਜਾਂ ਦੇ ਕੁਝ ਨਾ ਕੁਝ ਉਹਦੇ ਨਾਲ ਜਿਹੜਾ ਤੁਸੀਂ ਐਫੀਡੇਵਿਟ ਦੱਸਿਆ ਹੈ ਹਾਂਜੀ ਦਬਾਅ ਦੇ ਵਿੱਚ ਤਾਂ ਨਹੀਂ ਲਿਖਵਾਇਆ ਤੁਸੀਂ ਕਿਹੜਾ ਉਹਦੇ ਦੋ ਚੀਜ਼ੇ
एक ओरी भैन खुद उथे कोर्ट कचहरी च आए नाल आए उथे एफीडेविट लिखिया उन्हें खुद लिखिया आप अपने वालों लिख के सानू दिता कि मैं मतलब विह कर रही हाँ ते मतलब बच्चे जेडे विरोध करके जा रही है दादी दादी के मेरा जो घर ना जायदाद ना महल ना कोई लिंक नहीं ना ही मैं इस इलाके वड़ांगे अज तो बाद कारवाई हुई है पुलिस उस लड़के नूं फड़ के लै गई फिर महलेदार ने सहुरे ने गवाहियां दित्तियां फिर इतों एक मेजर नवा आया महल चो वह भी उत्थे ही लैके मतलब महलेदारा ने खड़ के दिता मेजर नवा नाल महलेदारा ने जाके सारे ने गवाही दी भी साडे सामने जिदे जिदे गल हुई है पर पुलिस कारवाई अजे तक कुछ नहीं हुई असि इंसाफ चाहते हैं भी उन्हें जो ड्राइव करने की बच्चे ने कोशिश की परचा आए जी सर मैं जगतार सिंह सब इंस्पेक्टर थाना मोहकमपुरा था जी की मामला सर साढ़े को दो दरखास्त आई है जी एक अमनदीप कौर है जी डॉक्टर ऑफ दलजीत सिंह दूजी दरखास्त बलवंत कौर है जी जी वाइफ ऑफ मुख्तार सिंह जी ये दो ही अपने गवंढी है जी बिरले वाला चौक मोहकमपुर इलाके रह रहे हैं जी जी अमनदीप कौर है करीब चार साल पहला इन्होंने हस्ते की डेथ हो गई जी इन्होंने सामने एक लड़का शंकर है जी ओर सहमति न रह रहे जी इन्हों का आपसी एक समझौता भी है एफीडेविट तहत कि जेड़ा दादा जेड़े मेरे बच्चे आदे दादी को रहेंगे और मेरा अज तो बाद इन्हें कोई लिंक नहीं एक कुछ दिन पहला यह आपस आए थे कहीं गल लड़ाई झगड़ा इन्हों का हो गया जी जी अमनदीप कौर है वह शंकर बारे ये गल कह रही है भी मेरे हसबैंड न इन्हें चुक के अपने घर जा किडनैप किया सट्टा लाइया जी उधरों बलवंत कौर यह गल कह रही है कि जेडे मेरे जो लड़का शंकर आ मेरा पोतर पोती चुकन पै गए जी इन्हों की तफ्तीश कर रहे हैं जी जब जो हालात होने गए कार्रवाई कर लेंगे जी लगी साथी शंकर जी लेकिन सर कोई ना कोई मैडिकल आया कोई जी ना कोई डॉक्टर रिपोर्ट आई जी जो जो हालात होने गए तो अं कार्रवाई कर लेंगे जी ए तफ्तीश कर रहे हैं जी एक तो लड़का नहीं आ रहा जिसे सट्टा लगियां जी जो आएगा सामने जो रिपोर्ट लिया आएगा उ कार्रवाई कर देंगे जी ठीक है।